ਸਵਾਗਤ ਹੈ ਆਪ ਸਭ ਦਾ ਫੋਕਸ ਪੰਜਾਬੀ ਪ੍ਰੋਗਰਾਮ ਦੇ ਵਿੱਚ। ਇਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ 'ਚ ਖਬਰਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਲਗਰੀ ਦੇ ਵਿੱਚ ਰਿਫਿਊਜ਼ੀ ਫੈਮਿਲੀ ਦੀ, ਜਿਨ੍ਹਾਂ ਨੇ ਦੋਸ਼ ਲਾਇਆ ਹੈ ਕਿ ਉਹਨਾਂ ਦੀ 9 ਵਰਿਆਂ ਦੀ ਧੀ ਨੇ ਸਕੂਲ 'ਚ ਹੋਈ ਬੁਲਿੰਗ ਦੇ ਕਾਰਨ ਹੀ ਆਤਮ ਹੱਤਿਆ ਕੀਤੀ ਹੈ। 9 ਵਰਿਆਂ ਦੀ ਸਕੂਲੀ ਵਿਦਿਆਰਥਣ ਅਮਾਲ ਅਲਸ ਤੇਵੀ, ਜਿਸ ਨੇ ਆਤਮ ਹੱਤਿਆ ਕੀਤੀ ਹੈ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਸਕੂਲ 'ਚ ਬੁਲਿੰਗ ਕਾਰਨ ਹੀ ਉਹਨਾਂ ਦੀ ਧੀ ਨੇ ਆਤਮ ਹੱਤਿਆ ਕੀਤੀ ਹੈ। ਅਮਾਲ ਦੀ ਮਾਂ ਨਾਸਰਾ ਅਬਦੁਲ ਰਹਿਮਾਨ ਦਾ ਕਹਿਣਾ ਹੈ ਕਿ ਉਸਨੇ ਸਕੂਲੀ ਅਧਿਆਪਕਾਂ ਨੂੰ ਬੁਲਿੰਗ ਬਾਰੇ ਕਈ ਵਾਰ ਕਿਹਾ, ਪਰ ਅਧਿਆਪਕਾਂ ਨੇ ਸਕੂਲ 'ਚ ਕਿਸੇ ਵੀ ਤਰ੍ਹਾਂ ਦੀ ਬੁਲਿੰਗ ਤੋਂ ਇਨਕਾਰ ਕਰਦਿਆਂ ਕਿਹਾ ਕਿ ਲੜਕੀ ਨੂੰ ਘਰ 'ਚ ਹੀ ਕੋਈ ਸਮੱਸਿਆ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਨੇ 3 ਵਰੇ ਪਹਿਲਾਂ ਹੀ ਰਿਫਿਊਜ਼ੀ ਦੇ ਤੌਰ 'ਤੇ ਸੀਰੀਆ ਤੋਂ ਕੈਲਗਰੀ ਸ਼ਿਫਟ ਕੀਤਾ ਸੀ। ਮਾਪੇ ਜਿੱਥੇ ਇਨਸਾਫ਼ ਦੀ ਮੰਗ ਕਰ ਰਹੇ ਨੇ, ਉੱਥੇ ਦੂਜੇ ਪਾਸੇ ਕੈਲਗਰੀ ਸਕੂਲ ਬੋਰਡ ਦੇ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਵਾਰ ਵਾਰ ਇਹ ਆਖ ਰਹੇ ਨੇ ਕਿ ਉਹਨਾਂ ਨੂੰ ਪੜਤਾਲ ਦੌਰਾਨ ਬੁਲਿੰਗ ਦੇ ਸੰਬੰਧ 'ਚ ਕੋਈ ਵੀ ਠੋਸ ਸਬੂਤ ਨਹੀਂ ਮਿਲਿਆ। ਫੋਕਸ ਪੰਜਾਬੀ ਦੀ ਟੀਮ ਨੇ ਅਮਾਲ ਦੀ ਮਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਸਨੇ ਇੰਝ ਆਖਿਆ। When I noticed that my kids is having problem at the school and is slipping away and all the other my other kids also they are not happy at school, I went to schools myself. And even when Amal used to go to and complain to a teacher, the teacher will not even listen to her or take her seriously. When the 1 month before the incident, my daughter tried to go and complain at the school about the bullying, and one of the bullies held her hand tight, and the other guy went to the teacher and flipped the story as if that my daughter is causing trouble. They completely deny what's going on at the school. ਇਸ ਦੌਰਾਨ ਫੋਕਸ ਪੰਜਾਬੀ ਦੀ ਟੀਮ ਨੇ ਅਮਾਲ ਦੇ ਫਾਦਰ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਇੰਝ ਆਖਿਆ। We love our daughter dearly and she's so dear to our heart. All my family, all my children are really sad about what happened to their sister. ਸ਼੍ਰੀਲੰਕਾ 'ਚ ਮਾਰੇ ਗਏ ਲੋਕਾਂ ਦੀ ਯਾਦ 'ਚ ਅਲਬਰਟਾ ਲੈਜਿਸਲੇਚਰ ਦੇ ਅੱਗੇ ਆਯੋਜਿਤ ਕੀਤਾ ਗਿਆ ਲੰਘੀ ਦੇਰ ਰਾਤ ਸ਼ਰਧਾਂਜਲੀ ਸਮਾਰੋਹ। ਜਿਸਨ ਕੈਨੀ ਵੀ ਹੋਏ ਇਸ ਵਿੱਚ ਸ਼ਾਮਲ। ਸ਼੍ਰੀਲੰਕਾ 'ਚ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਬੰਬ ਧਮਾਕਿਆਂ ਦੌਰਾਨ ਮਾਰੇ ਗਏ ਲੋਕਾਂ ਦੀ ਯਾਦ 'ਚ ਅਲਬਰਟਾ ਅਸੈਂਬਲੀ ਦੀ ਇਮਾਰਤ ਦੇ ਅੱਗੇ ਸ਼ਰਧਾਂਜਲੀ ਸਮਾਰੋਹ ਲੰਘੀ ਰਾਤ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ। ਪੀੜਤ ਪਰਿਵਾਰਾਂ ਦੀ ਮਦਦ ਕਰਨ ਦਾ ਭਰੋਸਾ ਸਾਰਿਆਂ ਨੇ ਦਿੱਤਾ। ਇਸ ਸਮਾਰੋਹ 'ਚ ਪ੍ਰੀਮੀਅਰ ਡੈਜ਼ੀਗਨੇਟ ਜਸਨ ਕੈਨੀ ਵੀ ਸ਼ਾਮਲ ਹੋਏ ਅਤੇ ਸ਼੍ਰੀਲੰਕਾ ਦੇ ਪੀੜਤ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਇਹਨਾਂ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਸੰਖਿਆ 300 ਤੱਕ ਪਹੁੰਚ ਗਈ ਹੈ ਅਤੇ ਜ਼ਖਮੀ ਦੀ ਸੰਖਿਆ 500 ਦੇ ਆਸ ਪਾਸ ਦੱਸੀ ਜਾ ਰਹੀ ਹੈ। ਧਮਾਕਿਆਂ ਕਾਰਨ ਸ਼੍ਰੀਲੰਕਾ 'ਚ ਲੰਘੀ ਰਾਤ ਤੋਂ ਐਮਰਜੈਂਸੀ ਐਲਾਨ ਦਿੱਤੀ ਗਈ ਸੀ। ਇਸ ਦੌਰਾਨ ਪ੍ਰਬੰਧਕਾਂ ਨੇ ਇੰਝ ਆਖਿਆ। I knew his like family, we were pretty close. When he said I'm not joking, I'm like I don't know. I literally said I don't know what to tell you. I'm like I'm sorry, but like give me a few seconds, I'll call you back. And me and my sister sat on the floor, we were crying, we didn't know what to do. Like what would you say to a person who lost his whole family? Whatever motive to divide our country, our nation, it's not going to happen. There's Muslims here, there's Christians and Buddhists here. We're never going to go through that civil war again. We stand together as a country. Edmonton City Council ਵਿੱਚ ਅੱਜ ਰਹਿਸ਼ੀ ਖੇਤਰਾਂ 'ਚ ਸਪੀਡ ਲਿਮਿਟ ਨੂੰ ਲੈ ਕੇ ਜੰਮ ਕੇ ਬਹਿਸ ਹੋਈ। ਸੜਕਾਂ ਅਤੇ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਅੱਜ ਸਿਟੀ ਕੌਂਸਲ 'ਚ ਜੰਮ ਕੇ ਬਹਿਸ ਹੋਈ ਕਿ ਰਹਿਸ਼ੀ ਥਾਂ ਵਿਚਲੀਆਂ ਸੜਕਾਂ 'ਤੇ ਗੱਡੀਆਂ ਦੀ ਸਪੀਡ ਲਿਮਿਟ 40 ਕਿਲੋਮੀਟਰ ਪਰ ਆਵਰ ਕੀਤੀ ਜਾਵੇ ਕਿ ਨਾ। ਇਸ ਸੰਬੰਧੀ ਦੋ ਆਪਸ਼ਨ ਵਿਚਾਰੇ ਗਏ। ਇੱਕ ਤਾਂ ਇਹ ਕਿ ਸਿਟੀ 'ਚ ਸਪੀਡ ਲਿਮਿਟ 40 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਜਾਵੇ, ਪਰ ਜਿੱਥੇ ਸਪੀਡ ਘੱਟ ਨਹੀਂ ਕੀਤੀ ਜਾਂਦੀ ਉੱਥੇ 50 ਕਿਲੋਮੀਟਰ ਪ੍ਰਤੀ ਘੰਟਾ ਦੇ ਸਾਈਨ ਲਗਾਏ ਜਾਣ। ਇਸ 'ਤੇ ਕੁੱਲ ਖਰਚਾ $7 million ਆਵੇਗਾ। ਦੂਜਾ ਆਪਸ਼ਨ ਇਹ ਸੀ ਕਿ ਹਰ ਥਾਂ ਸਪੀਡ ਲਿਮਿਟ 40 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਜਾਵੇ ਅਤੇ ਇਸ ਵਾਸਤੇ ਸ਼ਹਿਰ 'ਚ ਲਗਭਗ 55,000 ਸਾਈਨ ਲਾਉਣੇ ਪੈਣਗੇ। ਇਸ ਉੱਤੇ $16 million ਲਾਗਤ ਆਵੇਗੀ। ਜੇ ਕਮੇਟੀ ਵੱਲੋਂ ਇਹ ਮਤਾ ਪਾਸ ਹੋ ਜਾਂਦਾ ਹੈ ਅੱਜ ਤਾਂ ਕਾਨੂੰਨ ਬਣਨ ਲਈ ਇੱਕ ਪੂਰਾ ਵਰ੍ਹਾ ਲੱਗ ਜਾਵੇਗਾ। ਸੈਕਸਲ ਅਸਾਲਟ ਦੇ ਦੋਸ਼ੀ ਅਧਿਆਪਕ ਦੀ ਅੱਜ ਕੈਲਗਰੀ 'ਚ ਪੇਸ਼ੀ ਹੋਈ। ਮਾਪਿਆਂ ਨੇ ਅਤੇ ਬੱਚਿਆਂ ਨੇ ਆਪਣੇ ਦੁੱਖੜੇ ਸੁਣਾਏ। ਕਸਟੀਨੀਅਨ ਸਾਰੀਲੇ ਨਾਂ ਦੇ
ਸੈਕਸਰ ਅਸਾਲ ਦੇ ਦੋਸ਼ਾਂ 'ਚ ਘਿਰੇ ਕੈਲਗਰੀ ਦੇ ਅਧਿਆਪਕ ਦੀ ਅਦਾਲਤ 'ਚ ਅੱਜ ਪੇਸ਼ੀ ਹੋਈ। ਪੇਸ਼ੀ ਦੌਰਾਨ ਮਾਪਿਆਂ ਅਤੇ ਪੀੜਤ ਵਿਦਿਆਰਥੀਆਂ ਨੇ ਅਦਾਲਤ 'ਚ ਆਪਣੇ ਦੁੱਖੜੇ ਸੁਣਾਏ ਕਿ ਕਿੰਝ ਇਹ ਕਾਲੀਯੁਗੀ ਅਧਿਆਪਕ ਨੰਨੀਆਂ ਅਤੇ ਭੋਲੀਆਂ ਭਾਲੀਆਂ ਬੱਚਿਆਂ ਦਾ ਸਰੀਰ ਸ਼ੋਸ਼ਣ ਕਰਦਾ ਸੀ। ਸੈਕਸਰ ਅਸਾਲ ਦੇ 17 ਵੱਖ ਵੱਖ ਦੋਸ਼ਾਂ ਤਹਿਤ ਜਦੋਂ ਇਸ ਅਧਿਆਪਕ ਨੂੰ 2017 'ਚ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਹ ਗ੍ਰੇਡ 6 ਨੂੰ ਪੜ੍ਹਾਉਂਦਾ ਸੀ ਅਤੇ ਉਹ ਮਿਊਜ਼ਿਕ ਦਾ ਅਧਿਆਪਕ ਸੀ। ਇਸ ਸੰਬੰਧੀ ਅਦਾਲਤ 'ਚ ਸੁਣਵਾਈ ਵੀਰਵਾਰ ਤੱਕ ਜਾਰੀ ਰਹੇਗੀ। ਵਿਗਿਆਨੀਆਂ ਨੇ ਖੁਲਾਸਾ ਕੀਤਾ ਹੈ ਕਿ ਆਇਲ ਸੈਂਡਸ ਕੰਪਨੀਆਂ ਵੱਲੋਂ ਦੱਸੀ ਗਈ ਮਾਤਰਾ ਨਾਲੋਂ ਕਿਤੇ ਵੱਧ ਕਾਰਬਨ ਡਾਈਆਕਸਾਈਡ ਦੀ ਪੋਲਿਊਸ਼ਨ ਫੈਲਾਉਂਦੇ ਨੇ। ਫੈਡਰਲ ਵਿਗਿਆਨੀਆਂ ਵੱਲੋਂ ਜਾਰੀ ਕੀਤੇ ਗਏ ਖੋਜ ਪੱਤਰ 'ਚ ਅੱਜ ਨਵਾਂ ਖੁਲਾਸਾ ਕੀਤਾ ਗਿਆ ਹੈ ਕਿ ਉੱਤਰੀ ਲਬਰਟਾ ਵਿਚਲੇ ਮੁੱਖ ਆਇਲ ਸੈਂਡ ਕਿਤੇ ਵੱਧ ਮਾਤਰਾ 'ਚ ਕਾਰਬਨ ਡਾਈਆਕਸਾਈਡ ਦੀ ਪੋਲਿਊਸ਼ਨ ਫੈਲਾਉਂਦੇ ਨੇ ਜੋ ਕੰਪਨੀਆਂ ਵੱਲੋਂ ਪੋਲਿਊਸ਼ਨ ਰਿਪੋਰਟ ਕੀਤੀ ਸੀ। ਖੋਜਕਰਤਾ ਜੋ ਕਿ ਇਨਵਾਇਰਮੈਂਟ ਕੈਨੇਡਾ ਦੇ ਸਨ ਨੇ 2013 'ਚ 4 ਮੁੱਖ ਆਇਲ ਸੈਂਡਸ ਤੋਂ ਇਹ ਸੈਂਪਲ ਇਕੱਠੇ ਕੀਤੇ ਸਨ। A number of surface mining facilities have emissions of CO2 which are larger than what industry reports to Environment Canada's greenhouse gas reporting program. If you were to add up all of what we measure and compare it to what is reported, the difference is about 17 megatons of CO2 equivalents. So that's about the size, that's the emissions from a city the size of Toronto or Seattle or I think Denver as well, to put that into context. So it's like you're missing the emissions of a fairly big metropolis. ਸੇਂਟ ਅਲਬਰਟ 'ਚ ਵਾਪਰੀਆਂ ਨੇ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਅਤੇ ਨੌਜਵਾਨਾਂ ਨੂੰ ਬਣਾਇਆ ਜਾ ਰਿਹਾ ਹੈ ਨਿਸ਼ਾਨਾ। ਸੇਂਟ ਅਲਬਰਟ 'ਚ ਲਗਾਤਾਰ ਵਾਪਰ ਰਹੀਆਂ ਲੁੱਟਾਂ ਖੋਹਾਂ ਅਤੇ ਡਕੈਤੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਪੁਲਿਸ ਨੇ ਨੌਜਵਾਨਾਂ ਨੂੰ ਤਾੜਨਾ ਦਿੱਤੀ ਹੈ ਕਿ ਉਹ ਗਰੁੱਪ 'ਚ ਜਾਂ ਅਡਲਟਸ ਨਾਲ ਬਾਹਰ ਆਉਣ। ਪੁਲਿਸ ਵੱਲੋਂ ਜਾਰੀ ਸੂਚਨਾ ਅਨੁਸਾਰ ਲੰਘੇ 18 ਤੋਂ 22 ਅਪ੍ਰੈਲ ਤੱਕ ਲਗਾਤਾਰ 6 ਡਕੈਤੀ ਦੀਆਂ ਘਟਨਾਵਾਂ ਵਾਪਰੀਆਂ ਨੇ ਜਿਸ ਵਿੱਚ 10 ਤੋਂ 20 ਸਾਲ ਤੱਕ ਦੇ ਨੌਜਵਾਨਾਂ ਤੋਂ ਪਰਸ, ਸੈੱਲਫੋਨ ਜਾਂ ਹੋਰ ਵਸਤਾਂ ਖੋਹੀਆਂ ਗਈਆਂ ਨੇ। ਇਹਨਾਂ 'ਚੋਂ 2 ਘਟਨਾਵਾਂ ਤਾਂ ਅਜੇ ਕੱਲ੍ਹ ਹੀ ਵਾਪਰੀਆਂ ਨੇ। ਪੁਲਿਸ ਘਟਨਾਵਾਂ ਸੰਬੰਧੀ ਪੜਤਾਲ ਕਰ ਰਹੀ ਹੈ। ਸੋ ਇਹ ਸਨ ਪਹਿਲੇ ਸੈਗਮੈਂਟ ਦੌਰਾਨ ਕੁਛ ਹੀ ਖਬਰਾਂ ਅਤੇ ਹੁਣ ਕਮਰਸ਼ੀਅਲ ਬ੍ਰੇਕ। ਉਸ ਤੋਂ ਬਾਅਦ ਅਗਲੇ ਸੈਗਮੈਂਟ 'ਚ ਵੱਖ ਵੱਖ ਟੌਪਿਕਸ 'ਤੇ ਵਿਚਾਰ ਚਰਚਾ ਲਈ ਵਾਪਸ ਆਉਂਦੇ ਹਾਂ। ਹੋ ਸਕਦਾ ਕਈਆਂ ਨੇ ਆਪੋ ਆਪਣੇ ਟੀ ਵੀ ਸੈੱਟ ਜਾਂ ਰੇਡੀਓ ਹੁਣੇ ਔਨ ਕੀਤੇ ਨੇ। ਉਹਨਾਂ ਦੀ ਜਾਣਕਾਰੀ ਦੇ ਲਈ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਪੂਰੇ ਅਲਬਰਟਾ 'ਚ ਆਪੋ ਆਪਣੇ ਘਰਾਂ 'ਚ ਬੈਠ ਕੇ ਵੇਖ ਰਹੇ ਹੋ, ਇਸ ਦੇ ਨਾਲ ਹੀ ਇਸ ਨੂੰ ਰੇਡੀਓ ਸਾਊਥ ਏਸ਼ੀਆ 'ਤੇ ਵੀ ਸੁਣ ਰਹੇ ਹੋ। ਦੂਜੇ ਸੈਗਮੈਂਟ ਵਿੱਚ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਮੁਬੱਸ਼ਰ ਅਹਿਮਦ ਸਾਹਿਬ। ਥੈਂਕ ਯੂ ਸਤਾ ਜੀ। ਮੁਬੱਸ਼ਰ ਜੀ, ਅੱਜ ਇੱਕ ਬੜੀ ਦਿਲ ਕੰਬਾਊ ਰਿਪੋਰਟ ਆਈ ਹੈ ਅਤੇ ਬੜੀ ਚਿੰਤਾਜਨਕ ਰਿਪੋਰਟ ਹੈ ਕਿ ਅਲਬਰਟਾ ਦੇ ਵਿੱਚ ਐਕਸਟ੍ਰੀਮਿਸਟ ਗਰੁੱਪਸ ਪਣਪ ਰਹੇ ਨੇ ਲਗਾਤਾਰ ਜੀ। ਇਸ ਦੇ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਜਿਹੜਾ ਐਕਸਟ੍ਰੀਮਿਸਟ ਗਰੁੱਪ ਨੇ ਕੀ ਕਾਰਨ ਹੈ ਪਣਪ ਰਹੇ ਨੇ, ਖਾਸ ਕਰਕੇ ਐਕਸਟ੍ਰੀਮਿਸਟ ਨੂੰ ਮਜ਼ਹਬ ਨਾਲ ਜੋੜ ਕੇ ਜੋ ਵੇਖਿਆ ਜਾ ਰਿਹਾ। ਹਾਂਜੀ, ਇਹ ਇੱਕ ਔਰਗਨਾਈਜੇਸ਼ਨ ਹੈਗੀ ਹੈ, ਔਰਗਨਾਈਜੇਸ਼ਨ ਫੋਰ ਦਾ ਪ੍ਰੀਵੈਂਸ਼ਨ ਆਫ ਵਾਇਲੈਂਸ। ਇਹਨਾਂ ਨੂੰ ਫੈਡਰਲ ਗਵਰਨਮੈਂਟ ਨੂੰ ਤਕਰੀਬਨ $125,000 ਦਿੱਤਾ ਗਿਆ ਸੀ ਇਹ ਰਿਸਰਚ ਕਰਨ ਵਾਸਤੇ। ਇਹਨਾਂ ਨੇ ਇਹ ਰਿਸਰਚ ਕੀਤੀ ਪੂਰੇ ਅਲਬਰਟਾ ਦੇ ਵਿੱਚ, ਮੁਖਲਿਫ ਚੀਜ਼ਾਂ ਨੂੰ ਦੇਖਦਿਆਂ ਹੋਇਆਂ, ਮੁਖਲਿਫ ਲੋਕਾਂ ਨਾਲ ਗੱਲਬਾਤ ਕਰਦੇ ਹੋਇਆਂ। ਤਕਰੀਬਨ 120 ਦੇ ਕਰੀਬ ਪੁਲਿਸ ਆਫਿਸਰ ਨਾਲ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ। 170 ਦੇ ਕਰੀਬ 120 ਦੇ ਕਰੀਬ ਉਹ ਲੋਕ ਸਨ ਜਿਹੜੇ ਇਹਨਾਂ ਘਟਨਾਵਾਂ ਤੋਂ ਡਾਇਰੈਕਟਲੀ ਅਫੈਕਟਿਡ ਹੋਏ ਸਨ, ਜਿਨ੍ਹਾਂ 'ਤੇ ਹੇਠ ਉਹਦੇ ਕੀਤੇ ਗਏ ਸੀ, ਅਟੈਕ ਕੀਤੇ ਗਏ ਸੀ ਜਾਂ ਉਹਨਾਂ ਨੂੰ ਡਿਸਟਰਬ ਕੀਤਾ ਗਿਆ ਸੀ। ਉਸ ਤੋਂ ਇਲਾਵਾ 50 ਦੇ ਕਰੀਬ ਲੋਕ ਐਸੇ ਸਨ ਜਿਹੜੇ ਕਿ ਡਾਇਰੈਕਟਲੀ ਇਹੋ ਜਿਹੇ ਲੋਕਾਂ ਨੂੰ ਸਰਵਿਸ ਪ੍ਰੋਵਾਈਡ ਕਰਦੇ ਨੇ ਜਿਨ੍ਹਾਂ ਨੂੰ ਇਹੋ ਜਿਹੀ ਕੋਈ ਪ੍ਰੋਬਲਮ ਹੋਈ ਹੁੰਦੀ ਹੈ ਪਹਿਲੇ। ਅਤੇ ਤਕਰੀਬਨ 21 ਦੇ ਕਰੀਬ ਉਹਨਾਂ ਨੇ ਇਹੋ ਜਿਹੇ ਲੋਕਾਂ ਨਾਲ ਗੱਲ ਕੀਤੀ ਜਿਹੜੇ ਇਹੋ ਜਿਹੇ ਹੇਟ ਗਰੁੱਪ ਜਾਂ ਇਹੋ ਜਿਹੇ ਜਿਨ੍ਹਾਂ ਨੂੰ ਅਸੀਂ ਮੇਰੇ ਖਿਆਲ ਹਾਲੇ ਲਫਜ਼ ਟੈਰੋਰਿਸਟ ਇਸਤੇਮਾਲ ਕਰਨਾ ਸ਼ਾਇਦ ਮੁਨਾਸਬ ਨਹੀਂ ਹੋਏਗਾ, ਲੇਕਿਨ ਇਸ ਕਿਸਮ ਦੇ ਗਰੁੱਪਾਂ ਦੇ ਵਿੱਚ ਜਿਹੜੇ ਸ਼ਾਮਿਲ ਰਹੇ ਨੇ ਆਪ, ਅਤੇ ਹੁਣ ਉਹਨਾਂ
ਉਹ ਨਿਕਲ ਆਏ ਨੇ ਉੱਥੋਂ। ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹਨਾਂ ਨੂੰ ਜਿਹੜੇ ਗਰੁੱਪ ਨੇ ਉਹਨਾਂ ਨੂੰ ਕੈਟੇਗਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਕਿਸਮ ਦੇ ਜਿਹੜੇ ਇਸ਼ੂਜ਼ ਨੇ ਉਹ ਇਸ ਟਾਈਮ ਸਾਹਮਣੇ ਆਉਂਦੇ ਨੇ। ਇੱਕ ਸਭ ਤੋਂ ਵੱਡਾ ਨਾਮ ਜਿਹੜਾ ਆਉਂਦਾ ਉਹ ਤਾਂ ਅਲਕਾਇਦਾ, ਜਿਹੜੀ ਇੱਕ ਬੜੀ ਵੱਡੀ ਟੈਰਰਿਸਟ ਆਰਗਨਾਈਜੇਸ਼ਨ ਹੈ। ਉਹਦੇ ਨਾਲ ਰਿਲੇਟਡ ਸਪਲਿੰਟਰ ਗਰੁੱਪ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਡਾਇਰੈਕਟਲੀ ਅਲਕਾਇਦਾ ਦਾ ਹਿੱਸਾ ਨਹੀਂ ਹੈਗੇ, ਲੇਕਿਨ ਆਈਡੀਆਲੋਜੀ ਉਹੀ ਸ਼ੇਅਰ ਕਰਦੇ ਨੇ। ਮੈਂ ਇਸ ਇੱਥੇ ਇਹ ਚੀਜ਼ ਜ਼ਰੂਰ ਦੱਸਣਾ ਚਾਹਾਂਗਾ ਕਿ ਇਹ ਭਾਵੇਂ ਇਹਨੂੰ ਇੱਕ ਮਜ਼ਹਬੀ ਗਰੁੱਪ ਕਿਹਾ ਜਾਂਦਾ ਹੈ, ਲੇਕਿਨ ਇਹ ਚੀਜ਼ ਸਾਨੂੰ ਸਾਰਿਆਂ ਨੂੰ ਪਤਾ ਕਿ ਟੈਰਰਿਸਟ ਦਾ ਕੋਈ ਮਜ਼ਹਬ ਨਹੀਂ ਹੁੰਦਾ। ਇਹ ਭਾਵੇਂ ਨਾਮ ਕੋਈ ਵੀ ਯੂਜ਼ ਕਰਨ, ਮਕਸਦ ਉਹਨਾਂ ਦੇ ਆਪਣੇ ਹੁੰਦੇ ਨੇ ਜੀ। ਦੂਸਰੇ ਜਿਹੜਾ ਸਭ ਤੋਂ ਵੱਡਾ ਇਹਦੇ ਵਿੱਚ ਗਰੁੱਪ ਸਾਹਮਣੇ ਆਇਆ ਉਹ ਹੈਗੇ ਨੇ ਐਂਟੀ ਅਥਾਰਟੀ ਸੈਂਟੀਮੈਂਟ ਵਾਲੇ, ਜਿਹੜੇ ਕਿ ਗੌਰਮੈਂਟ ਦੇ ਖਿਲਾਫ ਕਿਸੇ ਤਰ੍ਹਾਂ ਮਤਲਬ ਹੁੰਦੇ ਨੇ। ਉਸ ਤੋਂ ਇਲਾਵਾ ਲੈਫਟ ਵਿੰਗ ਐਕਸਟ੍ਰੀਮਿਸਟ ਉਹਨਾਂ ਨੂੰ ਕਹਿੰਦੇ ਨੇ ਕਿ ਜਿਹੜੇ ਆਪਣੇ ਆਪ ਨੂੰ ਬਿਲਕੁਲ ਸਹੀ ਸਮਝਦੇ ਨੇ ਕਿ ਜੋ ਅਸੀਂ ਕਰ ਰਹੇ ਹਾਂ ਠੀਕ ਕਰ ਰਹੇ ਹੈਗੇ ਹਾਂ। ਫਿਰ ਦੂਸਰੇ ਆਉਂਦੇ ਨੇ ਪੈਟਰੀਅਟ ਅਤੇ ਮਿਲੀਸ਼ੀਆ ਗਰੁੱਪ, ਇਹ ਉਸ ਕਿਸਮ ਦੇ ਲੋਕ ਹੁੰਦੇ ਨੇ ਜਿਹੜੇ ਆਮ ਤੌਰ 'ਤੇ ਸਮਝਦੇ ਨੇ ਕਿ ਇਸ ਜਗ੍ਹਾ 'ਤੇ ਸਿਰਫ ਸਾਡਾ ਹੱਕ ਹੈਗਾ ਅਤੇ ਬਾਕੀ ਜਿਹੜਾ ਵੀ ਬੰਦਾ ਆਇਆ ਇਮੀਗ੍ਰੈਂਟ ਹੋ ਗਏ ਜਾਂ ਦੂਸਰੇ ਲੋਕ ਹੋ ਗਏ, ਇਹ ਲੋਕ ਆਮ ਤੌਰ 'ਤੇ ਜੋਇਸ਼ ਯਹੂਦੀਆਂ ਦੇ ਤਰ੍ਹਾਂ ਜ਼ਿਆਦਾ ਖਿਲਾਫ ਹੁੰਦੇ ਨੇ ਅਤੇ ਇਹਨਾਂ ਦਾ ਦੂਜੇ ਲੋਕਾਂ ਦਾ ਧਿਆਨ ਘੱਟ ਹੁੰਦਾ ਹੈ। ਲੇਕਿਨ ਜਿਹੜੇ ਬਾਕੀ ਹੈਗੇ ਨੇ ਇਹਨਾਂ ਦਾ ਆਮ ਤੌਰ 'ਤੇ ਅਕਸਰ ਮਿਨੋਰਟੀ ਗਰੁੱਪਸ ਹਨ ਅਤੇ ਖਾਸ ਤੌਰ ਕਰਕੇ ਮੁਸਲਮਾਨਾਂ ਵੱਲ ਇਹਨਾਂ ਦਾ ਜਿਹੜਾ ਨਫ਼ਰਤ ਦਾ ਇਜ਼ਹਾਰ ਉਹ ਜ਼ਿਆਦਾ ਹੁੰਦਾ ਹੈ। ਇੱਕ ਗਰੁੱਪ ਹੈਗਾ ਹੈ ਵਾਈਟ ਸੁਪਰਮੈਸੀ ਗਰੁੱਪ, ਜਿਹਨੂੰ KKK ਵੀ ਮਸ਼ਹੂਰ ਹੈਗਾ ਹੈ, ਅਮਰੀਕਾ ਤੋਂ ਵੀ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਹੁਣ ਇਹਦੇ 'ਚ ਜਿਹੜੀ ਚਿੰਤਾ ਵਾਲੀ ਗੱਲ ਹੈ ਉਹ ਸਾਰੀ ਇਹ ਵੇ ਕਿ ਇਹ ਗਰੁੱਪ ਤਾਂ ਤਕਰੀਬਨ ਦੁਨੀਆ ਦੇ ਵਿੱਚ ਹਰ ਮੁਲਕ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹੈਗੇ ਨੇ, ਲੇਕਿਨ ਕੈਨੇਡਾ ਦੇ ਵਿੱਚ ਵੀ ਬਾਕੀ ਸ਼ਹਿਰਾਂ ਦੀ ਨਿਸਬਤ ਜਾਂ ਬਾਕੀ ਥਾਵਾਂ ਦੀ ਨਿਸਬਤ ਅਲਬਰਟਾ ਦੇ ਵਿੱਚ ਇਹ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਪਾਏ ਗਏ ਨੇ। ਅਤੇ ਖਾਸ ਕਰਕੇ ਖਬਰ ਹੋਰ ਆ ਰਹੀ ਹੈ ਕਿ ਇਸ ਨੂੰ ਜੋ ਐਕਸਟ੍ਰੀਮਿਸਟ ਗਰੁੱਪ ਹੈ ਇਸ ਨੂੰ ਕਿਸੇ ਨਾ ਕਿਸ ਤਰ੍ਹਾਂ ਸੋਸ਼ਲ ਮੀਡੀਆ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ। ਇਹ ਸੋਸ਼ਲ ਮੀਡੀਆ ਨਾਲ ਜੋੜ ਕੇ ਇਸ ਤਰ੍ਹਾਂ ਵੇਖਿਆ ਜਾ ਰਿਹਾ ਕਿ ਪਹਿਲੇ ਲੋਕਾਂ ਦੇ ਕੋਲ ਕਮਿਊਨੀਕੇਸ਼ਨ ਵਾਸਤੇ ਚੰਦ ਇੱਕ ਰਸਤੇ ਹੁੰਦੇ ਹਨ, ਜਾਂ ਤਾਂ ਉਹ ਖਤ ਲਿਖਦੇ ਸਨ ਅਤੇ ਜਾਂ ਉਹ ਟੈਲੀਫੋਨ ਕਰਦੇ ਹਨ, ਟੈਲੀਫੋਨ ਟੇਪ ਹੋ ਜਾਂਦੇ ਸਨ ਜੀ। ਹੁਣ ਸੋਸ਼ਲ ਮੀਡੀਆ 'ਤੇ ਇਹੋ ਜਿਹੀਆਂ ਐਪਲੀਕੇਸ਼ਨਾਂ ਇੰਨੀਆਂ ਆ ਗਈਆਂ ਨੇ ਜਿਨ੍ਹਾਂ ਦੀ ਕਮਿਊਨੀਕੇਸ਼ਨ ਆਪਸ ਵਿੱਚ ਇਨਕ੍ਰਿਪਟਿਡ ਹੁੰਦੀ ਹੈ ਅਤੇ ਉਹਨਾਂ ਨੂੰ ਲਾਅ ਅਥਾਰਟੀ ਵਾਸਤੇ ਵੀ ਡੀਕ੍ਰਿਪਟ ਕਰਨਾ ਬੜਾ ਮੁਸ਼ਕਲ ਹੁੰਦਾ ਹੈ। ਉਹਨੂੰ ਰੋਕ ਤਾਂ ਸਕਦੇ ਹਨ, ਲੇਕਿਨ ਉਹਨੂੰ ਪੜ੍ਹਨਾ ਜਿਹੜਾ ਉਹ ਇੰਨਾ ਆਸਾਨ ਕੰਮ ਨਹੀਂ ਹੁੰਦਾ, ਉਹ ਆਮ ਤੌਰ 'ਤੇ ਬਲਕਿ ਨਾ ਹੋਣ ਦੇ ਬਰਾਬਰ ਹੀ ਹੁੰਦਾ ਹੈ। ਫੋਰ ਵਟਸਐਪ ਇੱਕ ਆਮ ਮਿਸਾਲ ਹੈਗੀ ਹੈ, ਜਿੱਥੇ ਤੁਸੀਂ ਮੈਸੇਜ ਭੇਜੋ ਅਤੇ ਤੁਹਾਡਾ ਮੈਸੇਜ ਦੂਜੇ ਫੋਨ ਤੱਕ ਪਹੁੰਚਣ ਤੀਕਰ ਉਹ ਹਰ ਕਿਸਮ ਦੀ ਇੰਟਰਪਸ਼ਨ ਉਹ ਤੋਂ ਸੇਫ ਹੈ। ਇਸ ਵਾਸਤੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਉਹਨਾਂ ਵਾਸਤੇ ਕਮਿਊਨੀਕੇਸ਼ਨ ਕਰਨੀ ਅਤੇ ਆਪਣੇ ਜਿਹੜੇ ਉਹਨਾਂ ਦੇ ਨਜ਼ਰੀਏ ਨੇ, ਜਿਹੜੇ ਵਿਊਜ਼ ਨੇ, ਉਹ ਦੂਜੇ ਲੋਕਾਂ ਤੱਕ ਪਹੁੰਚਾਉਣੇ ਬੜੇ ਆਸਾਨ ਹੋ ਗਏ ਨੇ। ਫਿਰ ਇਹਦੇ 'ਚ ਇੱਕ ਚੀਜ਼ ਜਿਹੜੀ ਹੋਰ ਸਾਹਮਣੇ ਆਈ ਹੈ ਉਹ ਆਈ ਹੈ ਕਿ ਜਿਨ੍ਹਾਂ ਤੋਂ ਜ਼ਿਆਦਾ ਖਤਰਾ ਉਹਨਾਂ ਨੇ ਜਿਸ ਚੀਜ਼ ਤੋਂ ਮਹਿਸੂਸ ਕੀਤਾ ਹੈ ਲੋਕਾਂ ਨਾਲ ਇੰਟਰਵਿਊ ਕਰਨ ਦੇ ਬਾਅਦ ਪੁਲਿਸ ਆਫਿਸਰਾਂ ਨਾਲ, ਖਾਸ ਤੌਰ 'ਤੇ ਉਹਨਾਂ ਲੋਕਾਂ ਨਾਲ ਜਿਹੜੇ ਇਹਨਾਂ ਗਰੁੱਪਾਂ ਦੇ ਮੈਂਬਰ ਰਹੇ ਨੇ, ਉਹ ਇਹ ਕਿ ਇੱਕ ਤਾਂ ਹੁੰਦਾ ਕਿ ਤੁਸੀਂ ਟੈਰਰਿਸਟ ਖੁੱਲ੍ਹ ਕੇ ਸਾਹਮਣੇ ਆਉਂਦਾ ਹੈ ਕਿ ਮੈਂ ਐਕਸਟ੍ਰੀਮਿਸਟ ਹਾਂ, ਮੈਂ ਇਹ ਕਰਨਾ ਹੈ। ਇਹ ਤੁਸੀਂ ਤਾਂ ਦੇਖੋ ਜੇ ਐਕਸਟ੍ਰੀਮਿਸਟ ਗਰੁੱਪ ਦੇ ਮੈਂਬਰ ਨੋਰਮਨ ਰੈਟਸ, ਜਿਹਨੇ 2015 ਦੇ ਵਿੱਚ ਇੱਕ RCMP ਕਾਂਸਟੇਬਲ ਦਾ ਕਤਲ ਕੀਤਾ ਸੀ, ਜਾਂ 2005 ਦੇ ਵਿੱਚ ਮੇਅਰ ਥ੍ਰੋਪ ਦੇ ਵਿੱਚ 4 RCMP ਘਟਨਾਵਾਂ ਕਾਫੀ ਵਾਪਰੀਆਂ ਨੇ, ਲੇਕਿਨ ਅਲਬਰਟਾ ਦੇ ਵਿੱਚ ਐਡਮਿੰਟਨ ਦੇ ਇਲਾਕੇ ਦੇ ਵਿੱਚ, ਨਾਲ ਇਹਦੇ 'ਚ ਮਿਨੀਸੋਟਾ ਅਤੇ ਡਕੋਟਾ ਵਗੈਰਾ ਇਹ ਇਲਾਕੇ ਵੀ ਸ਼ਾਮਿਲ ਹੈਗੇ ਨੇ, 14 ਦੇ ਕਰੀਬ ਲੋਕ ਜਿਹੜੇ ਨੇ 2012 ਦੇ ਵਿੱਚ ਸੀਰੀਆ ਲੜਨ ਵਾਸਤੇ ਵੀ ਗਏ ਸਨ। ਸਿਰਫ ਕੈਲਗਰੀ ਦੇ ਇਲਾਕੇ ਤੋਂ 20 ਦੇ ਕਰੀਬ ਲੋਕ ਜਿਹੜੇ ਨੇ ਆਈਡੀਆ ਹੈਗਾ ਕਿ 2012-2013 'ਚ ISIS ਨਾਲ ਲੜਨ ਵਾਸਤੇ ਵੀ ਗਏ ਨੇ। ਇਹ ਸਾਰੀਆਂ ਚੀਜ਼ਾਂ ਨਜ਼ਰ ਆਉਂਦਾ ਕਿ ਇੱਥੇ ਕੋਈ ਥੋੜ੍ਹੀ ਜਿਹੀ ਹਵਾ ਜਿਹੜੀ ਉਹ ਜ਼ਿਆਦਾ ਹੈਗੀ ਐਕਸਟ੍ਰੀਮਿਜ਼ਮ। ਸੋ ਕੁੱਲ ਮਿਲਾ ਕੇ ਬੜਾ ਚਿੰਤਾ ਵਾਲੀ ਗੱਲ ਹੈ ਕਿ ਅਲਬਰਟਾ ਦੇ 'ਚ ਐਕਸਟ੍ਰੀਮਿਸਟ ਦਾ ਜੋ ਸੰਖਿਆ 'ਚ ਵਾਧਾ ਹੋ ਰਿਹਾ, ਚਾਹੇ ਉਹ ਕਿਸੇ ਨਾ ਕਿਸੇ ਫੋਰਮ ਦੇ ਵਿੱਚ ਹੀ ਵੇਖੇ ਜਾ ਰਹੇ ਨੇ, ਜੋ ਰਿਪੋਰਟ ਆਈ ਹੈ। ਅਗਲੀ ਗੱਲ ਕਰਦੇ ਹਾਂ ਹੁਣ NDP ਦੇ ਫੈਡਰਲ ਲੀਡਰ ਜਗਮੀਤ ਸਿੰਘ ਦੀ ਜੀ। ਜਗਮੀਤ ਸਿੰਘ ਨੇ ਖੁਲਾਸਾ ਕੀਤਾ ਮੀਡੀਆ ਦੇ ਅੱਗੇ ਕਿ ਜਦੋਂ ਉਹ ਛੋਟਾ ਸੀ ਉਸ ਨੂੰ ਸੈਕਸੁਅਲੀ ਅਬਿਊਜ਼ ਕੀਤਾ ਗਿਆ ਹੈਗਾ। ਪਹਿਲੀ ਗੱਲ ਤਾਂ ਇਹ ਹੈ ਕਿ ਇੰਨੀ ਦੇਰ ਬਾਅਦ ਕਿਉਂ ਉਹਨਾਂ ਨੇ ਖੁਲਾਸਾ ਕੀਤਾ, ਕੀ ਰਾਜ ਹੈ ਇਸਦਾ? ਉਹ ਅਸਲ 'ਚ ਮੀਡੀਆ ਨੇ ਗੱਲ ਚੁੱਕੀ ਹੈਗੀ, ਉਹਨੇ ਤਾਂ ਖੁਲਾਸਾ ਆਪਣੀ ਪੂਰੀ ਜ਼ਿੰਦਗੀ ਦਾ ਕੀਤਾ, ਉਹਨੇ ਕਿਤਾਬ ਲਿਖੀ ਹੈ ਜਿਹਦੇ 'ਚ ਉਹਨੇ ਆਪਣੀ ਲਾਈਫ ਹਿਸਟਰੀ ਸਾਰੀ ਬਿਆਨ ਕੀਤੀ ਹੈਗੀ ਹੈ ਅਤੇ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਬੁਲਿੰਗ ਦਾ ਸਾਹਮਣਾ ਕਰਨਾ ਪਿਆ, ਜਦੋਂ ਖਾਸ ਤੌਰ 'ਤੇ ਉਹਨਾਂ ਨੇ ਆਪਣੀ ਸਿੱਖ ਆਈਡੈਂਟੀ ਨੂੰ ਸਾਹਮਣੇ ਲੈ ਕੇ ਆਉਂਦਾ। ਉਹਨਾਂ ਦੇ 4 ਲੀਗਲ ਨੇਮ ਨੇ, ਜਿਹਦੇ ਵਿੱਚ ਇੱਕ ਜਿਮੀ ਵੀ ਹੈਗਾ, ਅਤੇ ਜਦੋਂ ਸਕੂਲੇ ਦਾਖਲ ਕਰਾਇਆ ਗਿਆ ਸੀ ਜਿਮੀ ਨਾਮ ਆਮ ਤੌਰ 'ਤੇ ਇਸਤੇਮਾਲ ਹੁੰਦਾ ਸੀ, ਲੇਕਿਨ ਉਹਨਾਂ ਨੇ ਕਿ 10 ਸਾਲ ਦੀ ਏਜ ਦੇ ਵਿੱਚ ਮੈਂ ਡਿਸਾਈਡ ਕੀਤਾ ਕਿ ਮੈਨੂੰ ਜਗਮੀਤ ਜਿਹੜਾ ਨਾਮ ਜ਼ਿਆਦਾ ਬਿਹਤਰ ਹੈਗਾ। ਐਨੀਵੇਜ਼ ਉਹਨਾਂ ਨੂੰ ਬੁਲਿੰਗ ਦਾ ਸਾਹਮਣਾ ਕਰਨਾ ਪਿਆ, ਉਹ ਤੋਂ ਛੁਟਕਾਰਾ ਪਾਉਣ ਵਾਸਤੇ ਉਹਨਾਂ ਨੇ ਤਾਇਕਵਾਂਡੋ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ। ਉਹ ਇੰਸਟਰਕਟਰ ਨੇ ਦੇਖਿਆ ਕਿ ਬੱਚਾ ਇੰਟਰਸਟਿਡ ਹੈਗਾ, ਉਹਨੂੰ ਸ਼ਿਕਾਰ ਵੀ ਵਿੱਚ ਨਜ਼ਰ ਆਇਆ ਅਤੇ ਉਹਨੇ ਸਪੈਸ਼ਲ ਕਲਾਸਾਂ ਦੇਣ ਦੇ ਬਹਾਨੇ ਉਹਨਾਂ ਨੂੰ ਘਰ ਬੁਲਾ ਕੇ ਉਹਨਾਂ ਨੂੰ ਸੈਕਸ਼ੁਅਲ ਅਸਲਟ ਕੀਤਾ।
ਸਵਾਲ ਹੈ ਵੀ ਕਿ ਉਹ ਜਦੋਂ ਬੰਦੇ ਨੇ ਇਹੋ ਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਉਦੋਂ ਇੱਕ ਸ਼ਰਮਿੰਦਗੀ, ਇੱਕ ਕਨਫਿਊਜ਼ਨ, ਖਾਸ ਤੌਰ 'ਤੇ ਛੋਟੀ ਏਜ ਦੇ ਵਿੱਚ ਉਹ ਬੜਾ ਮੁਸ਼ਕਲ ਹੁੰਦਾ। ਉਹਨਾਂ ਨੇ ਆਪਣੀ ਮਾਂ ਦੇ ਨਾਲ ਬਾਅਦ 'ਚ ਗੱਲ ਕੀਤੀ ਜਦੋਂ ਉਹਨੂੰ ਫੜ ਲਿਆ ਗਿਆ ਸੀ ਉਸ ਕੋਚ ਨੂੰ, ਲੇਕਿਨ ਉਸ ਟਾਈਮ ਗੱਲ ਕੱਢਣ ਦਾ ਹੁਣ ਫਾਇਦਾ ਨਹੀਂ ਸੀਗਾ, ਇਟ ਵਾਸ ਟੂ ਲੇਟ। ਹੁਣ ਉਹਨਾਂ ਨੇ ਕਿਹਾ ਕਿ ਮੈਂ ਇਸ ਤੋਂ ਗੱਲ ਕੀਤੀ ਹੈਗੀ ਕਿ ਹੁਣ ਮੈਂ ਜਿਸ ਜਗ੍ਹਾ 'ਤੇ ਬੈਠਾ ਵਾਂ ਇੱਥੇ ਮੇਰੀ ਆਵਾਜ਼ ਸੁਣੀ ਜਾਏਗੀ, ਮੇਰੇ ਗੱਲ ਕਰਨ ਨਾਲ ਹੋ ਸਕਦਾ ਕਿ 100 ਬੰਦਿਆਂ ਦਾ ਹੋਰ ਦਾ ਵੀ ਭਲਾ ਹੋ ਜਾਵੇ, ਅਤੇ ਮੈਂ ਇਹਦੇ ਬਾਰੇ 'ਚ ਜਿਹੜੀ ਅਵੇਅਰਨੈਸ ਵੀ ਕ੍ਰੀਏਟ ਕਰ ਸਕਦਾ ਹੈਗਾ ਵਾਂ, ਲੋਕਾਂ ਨੂੰ ਇਹ ਮੈਂ ਟੂਲ ਵੀ ਦੇ ਸਕਦਾ ਹੈਗਾ ਕਿ ਤੁਸੀਂ ਮੇਰੇ ਵੱਲ ਵੇਖੋ ਕਿ ਮੈਂ ਕਿਸ ਤਰ੍ਹਾਂ ਆਪਣੇ ਸਾਰੇ ਸਮਾਜ ਨਾਲ ਲੜਦਾ ਹੋਇਆ ਮੈਂ ਇਸ ਜਗ੍ਹਾ ਤੱਕ ਪਹੁੰਚਿਆ, ਜੇ ਮੈਂ ਕਰ ਸਕਦਾ ਤਾਂ ਤੁਸੀਂ ਵੀ ਕਰ ਸਕਦੇ ਹੋ। ਸੋ ਦੋਸਤੋ, ਇਹ ਸੀ ਦੂਜੇ ਸੈਗਮੈਂਟ ਦੌਰਾਨ ਵਿਚਾਰ ਚਰਚਾ, ਅਤੇ ਹੁਣ ਕਮਰਸ਼ੀਅਲ ਬ੍ਰੇਕ, ਉਸ ਤੋਂ ਬਾਅਦ ਅਗਲੇ ਸੈਗਮੈਂਟ 'ਚ ਗੱਲਬਾਤ ਕਰਾਂਗੇ ਨਵੇਂ ਚੁਣੇ ਗਏ ਵਿਧਾਇਕ ਦਵਿੰਦਰ ਧੂਰ ਦੇ ਨਾਲ। ਇਸ ਸੈਗਮੈਂਟ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕੈਲਗਰੀ ਤੋਂ ਫਾਲਕੋਨ ਰਿਜ ਖੇਤਰ 'ਚੋਂ ਨਵੇਂ ਚੁਣੇ ਗਏ UCP ਪਾਰਟੀ ਦੇ ਵਿਧਾਇਕ ਦਵਿੰਦਰ ਧੂਰ ਨਾਲ। ਜੀ ਦਵਿੰਦਰ ਧੂਰ ਜੀ, ਸਵਾਗਤ ਹੈ ਸਾਡੇ ਸਟੂਡੀਓ 'ਚ ਆਉਣ 'ਤੇ। ਧੰਨਵਾਦ ਬਹੁਤ ਬਹੁਤ ਬਸੋਤਾ ਸਾਹਿਬ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਬੁਲਾ ਕੇ ਆਪਣੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਧੂਰ ਸਾਹਿਬ, ਅੱਜ ਮੇਰਾ ਖਿਆਲ ਹੈ ਬਤੌਰ MLA ਅਲਬਰਟਾ ਲੈਜਿਸਲੇਚਰ 'ਚ ਤੁਹਾਡਾ ਪਹਿਲਾ ਦਿਨ ਸੀ, ਕਿਹੋ ਜਿਹਾ ਰਿਹਾ ਪਹਿਲਾ ਦਿਨ ਦਾ ਤਜਰਬਾ? ਦੇਖੋ ਜੀ, ਜਿੰਨਾ ਅਜੇ ਅਸੀਂ ਸਹੁੰ ਚੁੱਕਣੀ ਆ, ਸਹੁੰ ਚੁੱਕਣ ਤੱਕ ਅਸੀਂ MLA ਇਲੈਕਟ ਹਾਂ, ਪਰ ਅੱਜ ਮੈਨੂੰ ਲੈਜਿਸਲੇਚਰ ਦੇ ਵਿੱਚ ਪਹਿਲੇ ਦਿਨ ਜਾਣ ਦਾ ਮੌਕਾ ਮਿਲਿਆ। ਕਾਫੀ ਚੰਗੀ ਟ੍ਰੇਨਿੰਗ ਸੀਗੀ ਜਿਸ ਦੇ ਵਿੱਚ ਕਾਫੀ ਪੇਪਰ ਵਰਕ ਸੀਗਾ, ਅਤੇ MLA ਦੀਆਂ ਡਿਊਟੀਆਂ ਹੁੰਦੀਆਂ ਨੇ, ਅਤੇ ਅਗਲੇ 2 ਦਿਨ ਇਹੀ ਗੱਲਬਾਤ ਉਹਨਾਂ ਨੇ ਸਾਨੂੰ ਟ੍ਰੇਨ ਕਰਨਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਪਣੇ ਜਿਹੜੀਆਂ ਡਿਊਟੀਜ਼ ਨੇ ਉਸ ਬਾਰੇ ਜਾਣੂ ਕਰਵਾਇਆ ਜਾਵੇ। ਦੂਜੀ ਗੱਲ ਇਹ, ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਪੰਜਾਬੀ ਕਮਿਊਨਿਟੀ ਦੇ ਵਿੱਚੋਂ ਉੱਥੇ ਜਾ ਕੇ, ਬਹੁਤ ਮਾਣ ਮਹਿਸੂਸ ਹੋ ਰਿਹਾ ਸੀ ਕਿ ਜਦੋਂ ਪੰਜਾਬੀ ਹੋਣ ਦੇ ਨਾਤੇ ਜਦੋਂ ਲੈਜਿਸਲੇਚਰ ਦੇ ਵਿੱਚ ਆਇਆ ਸੀ ਤਾਂ ਉਸ ਦਿਨ ਲੱਗਦਾ ਸੀ ਕਿ ਸਾਰਾ ਹੀ ਪੰਜਾਬ ਮੇਰੇ ਨਾਲ ਜਾ ਰਿਹਾ, ਬਹੁਤ ਬਹੁਤ ਮਾਣ ਮਹਿਸੂਸ ਕਰ ਰਿਹਾ ਸੀ। ਅਤੇ ਖਾਸ ਕਰਕੇ ਕਦੇ ਸੋਚਿਆ ਸੀ ਕਿ 7 ਸਮੁੰਦਰ ਪਾਰ ਤੁਸੀਂ ਗੋਰਿਆਂ ਦੀ ਧਰਤੀ 'ਤੇ ਆ ਕੇ ਅਲਬਰਟਾ ਦੀ ਲੈਜਿਸਲੇਚਰ 'ਚ ਬਤੌਰ MLA ਵਿਰਾਜਮਾਨ ਹੋਵੋਗੇ, ਕਦੇ ਸੁਪਨਾ ਲਿਆ ਸੀ? ਕਦੇ ਵੀ ਨਹੀਂ ਸੁਪਨਾ ਲਿਆ ਸੀ। 25 ਸਾਲ ਪਹਿਲਾਂ ਮੈਂ ਇਸ ਮੁਲਕ ਦੇ ਵਿੱਚ ਆਇਆ ਸੀ, ਪਰ ਇੱਕ ਸੁਪਨਾ ਜ਼ਰੂਰ ਸੀ ਕਿ ਅਲਬਰਟਾ ਇੱਕ ਉਹ ਸੂਬਾ ਸੀ ਜਿਸ ਨੂੰ ਅਸੀਂ ਲੈਂਡ ਆਫ ਓਪਰਚੁਨਿਟੀਜ਼ ਕਹਿੰਦੇ ਸੀ। ਇੱਥੇ ਜੇ ਤੁਸੀਂ ਹਾਰਡ ਵਰਕ ਕਰਦੇ ਹੋ ਤਾਂ ਹਾਰਡ ਵਰਕ ਦੀ ਕੀਮਤ ਜ਼ਰੂਰ ਪੈਂਦੀ ਆ। ਇਹ ਕੀਮਤ ਦੇ ਨਾਲ ਕਿਸਮਤ ਦਾ ਹੋਣਾ ਵੀ ਜ਼ਰੂਰੀ ਆ, ਪਰ ਜਿੰਨੀ ਮਿਹਨਤ ਅਸੀਂ ਕਰਦੇ ਹਾਂ ਇਹ ਆਪਣੇ ਬੱਚਿਆਂ ਲਈ ਜਾਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਲਈ ਇੱਕ ਬਹੁਤ ਵਧੀਆ ਜਿਹੜਾ ਅਸੀਂ ਸੰਦੇਸ਼ ਦੇ ਰਹੇ ਹਾਂ ਕਿ ਜੇ ਮਿਹਨਤ ਕਰਦੇ ਰਹੋ। ਅਲਬਰਟਾ ਲੈਂਡ ਆਫ ਓਪਰਚੁਨਿਟੀ ਸੀਗਾ, ਥੋੜ੍ਹਾ ਜਿਹਾ ਸਲੋ ਡਾਊਨ ਹੋ ਗਿਆ, ਪਰ ਆਈ ਥਿੰਕ ਫਿਊਚਰ ਇਜ਼ ਕਮਿੰਗ ਬੈਕ ਅਤੇ ਲੈਂਡ ਆਫ ਓਪਰਚੁਨਿਟੀਜ਼ ਵਾਪਸ ਵੀ ਆ ਰਹੇ। ਖਾਸ ਕਰਕੇ ਤੁਹਾਡੀ ਰਾਈਡਿੰਗ ਦੇ ਵਿੱਚ ਫਾਲਕੋਨ ਰਿਜ ਦੇ ਵਿੱਚ ਮੁਕਾਬਲਾ ਬਹੁਤ ਫਾਸਮਾ ਸੀ NDP ਅਤੇ UCP, ਕਿੰਨਾ ਕੁ ਵੋਟਾਂ ਦਾ ਫਰਕ ਸੀ ਤੁਹਾਡਾ? ਦੇਖੋ, ਵੋਟਾਂ ਦਾ ਫਰਕ ਤਾਂ 102 ਰਿਹਾ ਬਸੋਤਾ ਸਾਹਿਬ, ਪਰ ਇੱਕ ਗੱਲ ਬਹੁਤ ਜਿਹੜੀ ਮੈਨੂੰ ਚੰਗੀ ਲੱਗੀ, ਦੇਖੋ ਡੈਮੋਕ੍ਰੇਸੀ ਦੇ ਵਿੱਚ ਇਲੈਕਸ਼ਨ ਦਾ ਹੋਣਾ ਜ਼ਰੂਰੀ ਆ, ਇਲੈਕਸ਼ਨ ਦੇ ਵਿੱਚ ਵੋਟਾਂ ਦਾ ਹੋਣਾ ਜ਼ਰੂਰੀ ਆ। ਜਦੋਂ ਵੋਟਾਂ ਪਾਉਣ ਜਾਂਦੇ ਹਾਂ ਤਾਂ ਵੋਟਾਂ ਦੀ ਕੀਮਤ ਪੈਣੀ ਜ਼ਰੂਰੀ ਆ, ਤਾਂ ਇਸ ਦੇ ਨਾਲ ਜਿਹੜੇ ਮੇਰੇ ਓਪੋਨੈਂਟ ਨੇ, ਚਾਹੇ ਉਹ NDP ਹੋਣ, ਚਾਹੇ ਲਿਬਰਲ ਹੋਣ, ਚਾਹੇ ਅਲਬਰਟਾ ਪਾਰਟੀ ਦੇ ਹੋਣ, ਉਹ ਵੀ ਵਧਾਈ ਦੇ ਪਾਤਰ ਨੇ ਕਿ ਮੁਕਾਬਲਾ ਇੰਨਾ ਟਫ ਸੀ ਕਿ ਡੈਮੋਕ੍ਰੇਸੀ ਦੀ ਬਿਊਟੀ ਬਣਦੀ ਸੀ ਕਿ ਇਲੈਕਸ਼ਨ ਦੀ ਇੰਪੋਰਟੈਂਸ ਦਿਖਦੀ ਸੀ। ਲੋਕ ਵੱਡੀ ਗਿਣਤੀ ਦੇ ਵਿੱਚ ਪਾਰਟੀਸਪੇਸ਼ਨ ਕਰਨ ਆਏ, ਚਾਹੇ ਵੋਟਾਂ ਕਿਸੇ ਦੇ ਵੀ ਹੱਥ 'ਚ ਪਾਈਆਂ ਹੋਣ, ਪਰ ਇੱਕ ਵੋਟ ਦੀ ਕੀਮਤ ਪੈਣੀ, ਤਾਂ ਮੇਰੇ ਨਾਲ ਮੇਰੇ ਜਿਹੜੇ ਓਪੋਨੈਂਟ ਨੇ ਉਹ ਵੀ ਵਧਾਈ ਦੇ ਪਾਤਰ ਨੇ। ਜੀ ਦਵਿੰਦਰ ਜੀ, ਸੱਚੋ ਸੱਚੀ ਦੱਸੋ, ਜਦੋਂ ਤੁਸੀਂ ਪਹਿਲੀ ਵਾਰ ਨਤੀਜਾ ਸੁਣਿਆ ਕਿ ਤੁਸੀਂ ਉੱਥੋਂ ਵਿਧਾਇਕ ਚੁਣੇ ਗਏ, ਸਭ ਤੋਂ ਪਹਿਲਾਂ ਕਿਸ ਨੂੰ ਯਾਦ ਕੀਤਾ? ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਯਾਦ ਕੀਤਾ ਜੀ। ਵਾਹਿਗੁਰੂ ਨੂੰ ਯਾਦ ਕਰਦੇ ਹਾਂ ਕਿ ਉਹਦੇ ਨਾਂ 'ਤੇ ਹੀ ਮਿਹਨਤ ਕਰਦੇ ਹਾਂ ਕਿ ਵਾਹਿਗੁਰੂ ਆਪਣਾ ਸਾਥ ਦੇਈ, ਅਸੀਂ ਆਪਣਾ ਜੋ ਕੰਮ ਕਰਨਾ ਸੀ ਉਹ ਕਰ ਦਿੱਤਾ। ਪਿਛਲੇ ਕਾਫੀ ਸਮੇਂ ਤੋਂ ਮੈਂ ਕਾਫੀ ਮਿਹਨਤ ਕੀਤੀ ਆ, 15,000 ਘਰਾਂ ਦੇ ਵਿੱਚ ਜਾ ਕੇ ਡੋਰ ਨੋਕਿੰਗ ਕੀਤੀ ਆ, ਸਾਰੀ ਕਮਿਊਨਿਟੀ ਦੇ ਵਿੱਚ ਜਾ ਕੇ ਉਹਨਾਂ ਦੀਆਂ ਗੱਲਾਂ ਬਾਤਾਂ ਕੀਤੀਆਂ। ਤੁਸੀਂ ਹੁਣੇ ਕਿਹਾ ਡੋਰ ਨੋਕਿੰਗ ਕੀਤੀ ਹੈ, ਕੀ ਮੁੱਖ ਸਮੱਸਿਆਵਾਂ ਸਨ ਲੋਕਾਂ ਦੀਆਂ ਜਦੋਂ ਡੋਰ ਨੋਕਿੰਗ ਕਰ ਰਹੇ? ਇੱਕ ਬਹੁਤ ਜਿਹੜੀ ਕਾਮਨ ਸਮੱਸਿਆ ਸੀ ਥਰੂ ਆਊਟ ਅਲਬਰਟਾ ਦੇ ਵਿੱਚ, ਜਦੋਂ ਵੀ ਕਿਸੇ ਅਸੀਂ ਰਾਈਡਿੰਗ ਦੇ ਵਿੱਚ ਜਾਂਦੇ ਸੀ ਤਾਂ ਜੋਬਸ, ਇਕੋਨਮੀ ਅਤੇ ਅਲਬਰਟਾ ਨੂੰ ਵਾਪਸ ਲੈਂਡ ਆਫ ਓਪਰਚੁਨਿਟੀ ਕਿਵੇਂ ਬਣਾਇਆ ਜਾਵੇ, ਜਿਸ ਨੂੰ ਅਸੀਂ ਕਹਿੰਦੇ ਸੀ ਸਟਰੋਂਗ ਐਂਡ ਫਰੀ ਜੋਬਸ ਦੇ ਵਿੱਚ ਇਹ ਸਮੱਸਿਆ ਦੇਖਣ ਨੂੰ ਮਿਲੀ ਕਿ ਜਿਨ੍ਹਾਂ ਲੋਕਾਂ ਦੇ ਜੋਬ ਲੋਸ ਹੋ ਚੁੱਕੇ ਨੇ ਉਹ ਉਮੀਦ ਛੱਡ ਰਹੇ ਸਨ ਕਿ ਸਾਨੂੰ ਜੋਬ ਦੁਬਾਰਾ ਮਿਲਣਗੇ ਜਾਂ ਨਹੀਂ। ਦੂਜੇ ਪਾਸੇ ਜਿਨ੍ਹਾਂ ਕੋਲ ਜੋਬ ਹੈਗੇ ਨੇ
ਉਹਨਾਂ ਨੂੰ ਵੀ ਕਦੇ ਨਾ ਕਿਤੇ ਖਤਰਾ ਸੀ ਵੀ ਸਾਡੇ ਜੋਬ ਵੀ ਵਾਪਸ ਜਾ ਸਕਦੇ ਨੇ। ਉਸ ਦੇ ਲਈ ਚੰਗੀ ਇਕਨੋਮੀ ਦਾ ਹੋਣਾ ਜ਼ਰੂਰੀ ਆ, ਲੋਕ ਇਕਨੋਮੀ ਦੇ ਲਈ ਵੀ ਵਰੀਡ ਸੀ। ਇਕਨੋਮੀ ਨੂੰ ਲਿਆਉਣ ਲਈ ਸਾਡੀ ਜਿਹੜੀ ਸੋਰਸ ਸਿੰਗਲ ਸੋਰਸ ਇੰਡਸਟਰੀ ਆਇਲ ਇੰਡਸਟਰੀ ਆ ਉਹ ਵੀ ਕਾਫੀ ਟ੍ਰਬਲ ਦੇ ਵਿੱਚ ਆ। ਸੋ ਕਿਤੇ ਨਾ ਕਿਤੇ ਲੋਕ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਹਨਾਂ ਮੁੱਦਿਆਂ 'ਤੇ ਗੱਲਬਾਤ ਕਰਨਾ ਚਾਹੁੰਦੇ ਸਨ ਕਿ ਅਲਬਰਟਾ ਨੂੰ ਸਟਾਂਟ ਅਤੇ ਫ੍ਰੀ ਦੁਬਾਰਾ ਕਿਵੇਂ ਬਣਾਇਆ ਜਾਵੇ। ਸਹੁੰ ਚੁੱਕੇ ਜਾਣ ਤੋਂ ਬਾਅਦ ਤੁਹਾਡਾ ਪਹਿਲਾ ਕਦਮ ਕੀ ਹੋਏਗਾ ਆਪਣੇ ਹਲਕੇ ਲਈ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਹੁਣ ਜਿਹੜਾ ਜਦੋਂ ਹੋ ਰਿਹਾ ਅਤੇ ਆਪਣਾ ਇੱਕ ਆਫਿਸ ਸੈੱਟ ਕਰ ਰਿਹਾ, ਆਫਿਸ ਦੇ ਵਿੱਚ ਇਹ ਨਹੀਂ ਕਿ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਆ ਜਾਂ ਮੈਨੂੰ ਸਪੋਰਟ ਕੀਤੀ ਆ, ਮੇਰੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹੋਣਗੇ। ਪਹਿਲਾਂ ਜਾ ਕੇ ਉਹਨਾਂ ਦੇ ਨਾਲ, ਉਹਨਾਂ ਦੀਆਂ ਸਮੱਸਿਆਵਾਂ ਦੇ ਨਾਲ ਇੱਕ ਜਿਹੜਾ ਕਮਿਊਨੀਕੇਸ਼ਨ ਦਾ ਲੈਵਲ ਆ ਉਹ ਸ਼ੁਰੂ ਕਰੂੰਗਾ, ਇੱਕ ਮੀਡੀਅਮ ਬਣੂੰਗਾ ਕਿ ਐਜ਼ ਏ ਸਰਕਾਰ ਜਿਹੜੇ ਜੋਬ ਸੀਕਰ ਨੇ ਅਤੇ ਜੋਬ ਕ੍ਰੀਏਟਰ ਨੇ ਕਿਵੇਂ ਹੈਲਪ ਕਰ ਸਕਦੇ ਹਾਂ, ਉਹਨਾਂ ਨੂੰ ਇੱਕ ਸਾਂਝੇ ਮੰਚ 'ਤੇ ਲੈ ਕੇ ਆਵਾਂਗੇ। ਸਰਕਾਰ ਜੋ ਆਪਣਾ ਰੋਲ ਅਦਾ ਕਰ ਸਕਦੀ ਆ ਉਹਦੇ ਵਿੱਚ ਮੈਂ ਪੂਰਾ ਹਿੱਸਾ ਪਾਊਂਗਾ। ਦੂਜੇ ਪਾਸੇ ਜਦੋਂ ਸਰਕਾਰ ਦੀ ਗੱਲ ਕਰੂੰਗੇ, ਜਦੋਂ ਇਕਨੋਮੀ ਆ ਜਿਹੜੀ ਇਨਵੈਸਟਮੈਂਟ ਇੱਥੋਂ ਜਾ ਚੁੱਕੀ ਆ ਉਸ ਨੂੰ ਕਿਵੇਂ ਵਾਪਸ ਲਿਆਏ ਜਾ ਸਕੇ, ਜਾਂ ਜਿਹੜੀ ਲੋਕ ਇੱਥੇ ਇਨਵੈਸਟ ਕਰਨ ਲਈ ਥੋੜ੍ਹਾ ਜਿਹਾ ਇੰਤਜ਼ਾਰ ਕਰ ਰਹੇ ਨੇ ਉਹਨਾਂ ਨੂੰ ਕਿਵੇਂ ਇਨਕਰੇਜ ਕੀਤਾ ਜਾਵੇ। ਤਾਂ ਹੋ ਗਈ ਸਰਕਾਰ ਦੀ ਗੱਲ। ਬਤੌਰ MLA ਤੁਸੀਂ ਆਪਣੇ ਮੁਹੱਲੇ ਚੋਣ ਪ੍ਰਚਾਰ ਦੌਰਾਨ ਕੁਝ ਵਾਅਦੇ ਕੀਤੇ ਸੀ, ਅਤੇ ਉਹਨਾਂ ਵਾਅਦੇ 'ਚੋਂ ਕਿਹੜਾ ਵਾਅਦਾ ਪੂਰਾ ਕਰਨ ਜਾ ਰਹੇ ਹੋ? ਸਭ ਤੋਂ ਪਹਿਲਾਂ ਜੋਬ ਕ੍ਰੀਏਸ਼ਨ ਦਾ ਵਾਅਦਾ। ਸਭ ਤੋਂ ਪਹਿਲਾਂ ਮੈਂ ਇੱਕ ਸਮਾਲ ਬਿਜ਼ਨਸ ਓਨਰ ਹਾਂ, ਮੈਂ ਇਸ ਦਾ ਮਹੱਤਵ ਬਹੁਤ ਸਮਝਦਾ ਕਿ ਜਿਹੜੇ ਜੋਬ ਕ੍ਰੀਏਸ਼ਨ ਜਿਹੜੀ ਆਪਣੀ ਸਪੈਸ਼ਲੀ ਆਪਣੀ ਇਮੀਗ੍ਰੈਂਟ ਕਮਿਊਨਿਟੀ ਆ ਉਹਨਾਂ ਦੇ ਵੀ ਜਿਹੜੇ ਨਵੇਂ ਇੱਥੇ ਅਸੀਂ ਕੈਨੇਡੀਅਨ ਆਉਂਦੇ ਹਾਂ ਉਹਨਾਂ ਦੀ ਜੋਬ ਦਾ ਇੱਕ ਬਹੁਤ ਮਹੱਤਵ ਹੁੰਦਾ। ਉਸ ਜੋਬ ਦੇ ਲਈ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਕਿਤੇ ਨਾ ਕਿਤੇ ਕਦ ਕੋਈ ਰੈੱਡ ਟੇਪ ਆ ਕਈ ਕਾਰਨਾਂ ਕਰਕੇ ਜਿਹੜੇ ਸਮਾਲ ਬਿਜ਼ਨਸ ਓਨਰ ਨੇ ਉਹਨਾਂ ਦਾ ਵੀ ਵਿਸ਼ਵਾਸ ਉੱਠਦਾ ਜਾ ਰਿਹਾ, ਉਹ ਵਿਸ਼ਵਾਸ ਨੂੰ ਜਿੱਤਣ ਦੀ ਕੋਸ਼ਿਸ਼ ਕਰੂੰਗਾ। ਪਰ ਆਹ ਜਿਹੜੀ ਗੱਲ ਕਹੀ ਹੈ, ਲੋਕਾਂ ਦੇ ਮਨ 'ਚ ਖਾਸ਼ਾ ਹੈ, ਵਾਅਦੇ ਵੱਡੇ ਵੱਡੇ ਕਰ ਲਏ, ਦਾਅਵੇ ਵੱਡੇ ਵੱਡੇ ਕਰ ਲਏ, ਉਹਨਾਂ ਵਾਅਦਿਆਂ ਦੀ ਪੂਰਤੀ ਕਦੋਂ ਅਤੇ ਕਿਵੇਂ ਹੋ, ਕਦੋਂ ਅਮਲੀ ਜਾਮਾ ਪਹਿਨਾਇਆ ਜਾਏਗਾ, ਕੀ UCP ਸਰਕਾਰ ਵਾਅਦਿਆਂ 'ਤੇ ਖਰੀ ਉਤਰੇਗੀ? ਪਹਿਲੇ ਦਿਨ ਤੋਂ ਹੀ ਸ਼ੁਰੂ ਕਰਾਂਗੇ। ਹਾਂ, ਇਹ ਜ਼ਰੂਰ ਆ ਕਿ ਨੀਅਤ ਸਾਫ਼ ਹੋਣੀ ਚਾਹੀਦੀ ਆ। ਜਦੋਂ ਨੀਅਤ ਲੈ ਕੇ ਜਾਵਾਂਗੇ ਤਾਂ ਮੈਂ ਟਾਈਮ ਤਾਂ ਨਹੀਂ ਦੱਸਦਾ, ਪਰ ਪਹਿਲੇ ਦਿਨ ਤੋਂ ਹੀ ਆਪਣਾ 100% ਉਹੀ ਜਿਹੜੇ ਉਮੀਦਾਂ 'ਤੇ ਜਿਹੜੀ ਅਸੀਂ ਉਮੀਦ ਦੇ ਕੇ ਚੱਲੇ ਹਾਂ ਉਹ ਉਮੀਦਾਂ ਨੂੰ ਪੂਰੀ ਕਰਨ ਦੇ ਲਈ ਪਹਿਲੇ ਦਿਨ ਤੋਂ ਹੀ ਕੋਸ਼ਿਸ਼ ਸ਼ੁਰੂ ਕਰਾਂਗੇ। ਸੋ ਜੋ ਤੁਹਾਨੂੰ ਸਵਾਲ ਪੁੱਛਿਆ ਸੀ, ਤੁਸੀਂ ਸਰਕਾਰ ਦੇ ਤਰਫੋਂ ਗੱਲ ਕੀਤੀ ਹੈ, ਲੇਕਿਨ ਆਪਣੇ ਬਤੌਰ ਵਿਧਾਇਕ ਹਲਕੇ ਦੇ ਦੇਖੋ, ਅਗਲਾ ਇੱਕ ਤਾਂ ਮੰਨ ਲਿਆ ਤੁਸੀਂ ਜੋਬ ਕ੍ਰੀਏਸ਼ਨ ਦਾ, ਉਸ ਤੋਂ ਬਾਅਦ ਕੀ ਕਰਨਾ? ਦੇਖੋ, ਵਿਧਾਇਕ ਦਾ ਜਿਹੜਾ ਕੰਮ ਹੁੰਦਾ ਉਹਦੇ ਲਈ ਮੇਰੇ ਜਿਹੜੇ ਕੰਨ ਨੇ ਉਹ ਲੋਕਾਂ ਦੀ ਆਵਾਜ਼ ਦੇ ਲਈ ਖੁੱਲ੍ਹੇ ਰਹਿਣਗੇ, ਅਤੇ ਜਿਹੜੀ ਮੇਰੀ ਆਵਾਜ਼ ਆ ਉਹ ਕਿਸੇ ਦੇ ਕੰਨਾਂ ਦੇ ਵਿੱਚ ਸਰਕਾਰ ਦੇ ਵਿੱਚ ਜਾਊਗੀ। ਅਖੀਰ 'ਚ ਕੀ ਸੁਨੇਹਾ ਦੇਣਾ ਚਾਹੋਗੇ ਸਾਡੇ ਸਰੋਤਾਂ ਨੂੰ, ਜੋ TV 'ਤੇ ਤੁਹਾਡੀ ਗੱਲਬਾਤ ਸੁਣ ਲਏ, ਨਾਲ ਦੀਆਂ ਰੇਡੀਓ 'ਤੇ ਵੀ ਗੱਲਬਾਤ ਚੱਲ ਰਹੀ ਹੈ? ਦੇਖੋ ਜੀ, ਬਹੁਤ ਵਧੀਆ ਸੁਨੇਹਾ। ਜਿਹੜੀਆਂ ਅਲਬਰਟਾ ਦੀਆਂ ਇਲੈਕਸ਼ਨਸ ਨੇ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਇੰਪੋਰਟੈਂਸ ਰੱਖਦੀਆਂ ਨੇ। ਗ੍ਰੇਟ ਇੰਪ੍ਰੈਸ਼ਨ ਤੋਂ ਬਾਅਦ ਜਿਹੜੀ ਵੋਟਰ ਪਾਰਟੀਸਪੇਸ਼ਨ ਹੋਈ ਆ ਉਹ ਇਸ ਲਈ ਹੋਈ ਆ, ਲੋਕਾਂ ਨੇ ਭਲਾਂਟੇ ਵਾਇਲਡ ਰੋਜ਼ ਅਤੇ PC ਪਾਰਟੀ ਦਾ ਮਿਸ਼ਰਨ ਹੋ ਕੇ UCP ਬਣੀ ਸੀ, ਪਰ ਜਿੰਨੀ ਵੋਟਰ ਸਾਨੂੰ ਜਿੰਨੀ ਸਪੋਰਟ ਮਿਲੀ ਆ ਉਹ ਵਾਕਿਆ ਹੀ ਹਾਲੇ ਤਾਰੀਫ ਆ। ਧੰਨਵਾਦ ਕਰਦਾ ਬਹੁਤ ਬਹੁਤ, ਅਸੀਂ ਉਮੀਦ ਕਰਦੇ ਹਾਂ ਇਹਨਾਂ ਦੀਆਂ ਉਮੀਦਾਂ 'ਤੇ ਪੂਰਾ ਉਤਰਾਂਗੇ। ਸੋ ਦਵਿੰਦਰ ਧੁਰ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਅਤੇ ਕੰਮ ਦੀਆਂ ਗੱਲਾਂ ਕੀਤੀਆਂ। ਥੈਂਕ ਯੂ ਵੈਰੀ ਮੱਚ। ਸੋ ਦੋਸਤੋ, ਇਹ ਸੀ ਦਵਿੰਦਰ ਧੁਰ ਦੇ ਨਾਲ ਗੱਲਬਾਤ। ਇਹ ਮੁਲਾਕਾਤ ਸਮੇਂ ਸਮੇਂ ਸਿਰ ਅਕਸਰ ਹੁੰਦੀ ਰਹੇਗੀ ਸਾਡੀ, ਤੋ ਇਸ ਦੇ ਨਾਲ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਰਹਿੰਦੇ ਹਾਂ। ਕੱਲ੍ਹ ਫਿਰ ਇਸ ਪ੍ਰੋਗਰਾਮ 'ਚ ਇਸੇ ਸਮੇਂ ਹੋਏਗੀ ਮੁਲਾਕਾਤ।